ਸਤਿਕਾਰ ਜੀ ਕੀ ਹਾਲ ਚਾਲ ਸਵਾਗਤ ਕਰਨਾ ਬਹੁਤ ਅੱਛੇ ਸਾਥੀ ਜੀ ਲੱਗੇ ਸੀ ਸਰਵਿਸ ਉਹਨਾਂ ਨੂੰ ਪਤਾ ਨਹੀਂ ਲੱਗਿਆ ਜੀ ਘਰ ਦਾ ਅਤੇ ਬੱਸ ਅੱਡੇ ਖਲੋਤੇ ਆ ਬੱਸ ਅੱਡੇ ਤੋਂ ਲੈ ਕੇ ਫਿਰ ਘਰ ਜਾਂਦੇ ਹਾਂ ਜੀ ਅਤੇ ਏਸੀ ਸਰਵਿਸ ਕਰਾਉਂਦੇ ਹਾਂ ਮਿਲੇ ਹੋਏ ਜੀ ਸੈਮਸੰਗ ਵਾਲੇ ਏਸੀ ਵਾਲੇ ਅਤੇ ਹੁਣ ਲੈ ਕੇ ਚੱਲਦੇ ਘਰ ਬੱਸ ਅੱਡੇ ਤੋਂ ਲੈ ਲਿਆ ਹੋਇਆ ਜੀ ਹੁਣ ਏਸੀ ਵਾਲਿਆਂ ਨੂੰ ਅਤੇ ਹੁਣ ਘਰ ਲੈ ਕੇ ਜਾ ਰਹੇ ਹਾਂ ਉਹਨਾਂ ਨੂੰ ਅਜੇ ਵੀਰੇ ਉੱਪਰ ਹੈ ਹਾਂਜੀ ਹਾਂ ਨਹੀਂ ਗੁਰਦੁਆਰਾ ਸਾਹਿਬ ਤਾਂ ਇੱਧਰ ਬਾਹਰ ਹੈ ਕਮਰੇ 'ਚ ਲੱਗਿਆ ਪਾਣੀ ਭਰ ਕੇ ਖਾਲੀ ਬਾਲਟੀਆਂ ਤਾਂ ਹੈ ਨਹੀਂ ਘਰੇ ਕੀ ਦੇਵਾਂ ਮੈਂ ਇਹਨਾਂ ਨੂੰ ਮੰਮੀ ਟੱਬ ਹੀ ਹੈ ਬਾਲਟੀ ਕਿੱਥੇ ਇੱਕੋ ਪਈ ਹੈ ਫਿਰ ਟੱਬ ਲੈ ਜਾ ਇੱਕ ਬਾਲਟੀ ਦੇ ਵਿੱਚ ਟੱਬ ਲੈ ਆਓ ਇਸ ਪਾਣੀ ਦੇ ਮੇਰੀ ਟੂਟੀ ਦੇ ਖਾਣੀ ਟੂਟੀ ਦਾ ਅੱਛਾ ਭਾਬੀ ਇੱਧਰ ਵੀ ਹੈਗੀ ਮੇਰੇ ਤੋਂ ਇੱਧਰ ਇੱਧਰ ਵੀ ਹੈਗੀ ਟੂਟੀ ਲਾ ਲਓ ਇੱਧਰ ਬਾਹਰ ਵੀ ਟੂਟੀ ਲੱਗੀ ਆ ਉੱਧਰ ਵੀ ਲੱਗੀ ਉੱਧਰ ਲਾਉਣਾ ਨਾਲ ਹੀ ਖਿੜਕੀ 'ਚ ਕੱਢ ਲਓ ਖਿੜਕੀ ਖੁੱਲ ਜਾਂਦੀ ਆ ਖਿੜਕੀ ਉਹ ਲੱਥ ਜਾਂਦੀ ਆ ਲਾ ਦਿੰਦਾ ਬਾਲਟੀ ਪੱਲੀ ਦੇ ਦੋ ਪੱਲੀ ਜੁਕੋ ਦੇ ਦੋ ਜਿਹਦਾ ਭਿੱਜੀ ਨਾ ਮਾੜਾ ਮੋਟਾ ਹੀ ਖਿੱਚਿਆ ਹੀ ਪੈਣਾ ਟੱਬ ਦੇ ਦੋ ਬਾਲਟੀਆਂ ਘੱਟ ਟੱਬ ਹੀ ਦਿੰਦਾ ਇੱਕ ਬਾਲਟੀ ਮੇਰਾ ਲੈ ਗਿਆ ਮਸ਼ੀਨ ਜੀ ਬਣਾਈ ਮੇਰੀ ਕਿਹੜਾ ਜਿਹੜਾ ਬਾਹਰ ਲੱਗਿਆ ਇੱਧਰ ਮੇਰੇ ਚੱਲਦਾ ਚੱਲਦਾ ਅੰਦਰੋਂ ਮੈਂ ਬਟਨ ਚਲਾ ਦਿੰਦਾ ਅੰਦਰ ਹੀ ਲਾ ਲਿਆ ਅੰਦਰ ਹੀ ਲਾ ਲਿਆ ਕੀ ਕੀ ਸਾਫ਼ ਕਰ ਦਿੰਦੇ ਸਾਰਾ ਕੁਛ ਬਿਲਕੁਲ
आ गया फिर एक मिनट बस भाई उत्ते साफ करन चले गए हैं। हाँ देखो मीह पैन लग गया, बाकी मीह बहुत ज्यादा पै रहा। ए सी सर्विस हो गई हुई है तो चले गए हुए जी मिस्त्री, तो हूँ मिलते थानू अगले ब्लॉग च। जो वधिया लगे ब्लॉग लाइक जरूर कर दियो, शेयर जरूर कर दियो, मिलते थानू अगले ब्लॉग च। थैंक्स फॉर वॉचिंग।